ਔਰ ਦੇਸ਼ ਦੇ ਅੰਦਰ ਵੱਧਦੀ ਬੇਰੋਜ਼ਗਾਰੀ ਬਹੁਤ ਵੱਡਾ ਇੱਕ ਚੈਲੰਜ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਅਗਰ ਬੇਰੋਜ਼ਗਾਰੀ ਵੱਧਦੀ ਰਹੀ ਤਾਂ ਇਸ ਦੇਸ਼ ਦੇ ਹਾਲਾਤ ਕੁਝ ਹੋਰ ਇਹ ਛੋਟੀਆਂ ਗੱਲਾਂ 'ਚ ਪਤਾ ਨਹੀਂ ਲਾਮ ਲੋਕ ਪੈ ਗਏ ਆਮ ਲੋਕ ਕਹਿ ਰਹੇ ਕਿ ਆਹ ਰਾਜਨੀਤਿਕ ਲੋਕ ਪੈ ਗਏ ਇੱਕ ਦੂਜੇ ਦਾ ਦਿਖਾਵਾ ਫਲਾਂ ਨੇ ਕੀ ਪਾਇਆ ਫਲਾਂ ਨੇ ਪਹਿਨਿਆ ਕੀ ਹੈ ਫਲਾਂ ਕੀ ਪਾਉਂਦਾ ਹੈ ਫਲਾਂ ਕੀ ਖਾਂਦਾ ਹੈ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਪੰਜਾਬ ਕਾਂਗਰਸ ਲਗਾਤਾਰ ਮੀਟਿੰਗਾਂ ਦੇ ਵਿੱਚ ਲੱਗੀ ਹੈ ਕਿਉਂਕਿ ਜਦੋਂ ਰਾਹੁਲ ਗਾਂਧੀ ਨੇ ਪੰਜਾਬ ਦੇ ਵਿੱਚ ਆਉਣਾ ਤਾਂ ਪਾਹਤ ਭਾਰਤ ਜੋੜੋ ਯਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਵਰਕਰ ਤੇ ਜੁੜਨ ਜੁੜਨ ਲੇਕਿਨ ਲੋਕ ਕਾਫੀ ਜੁੜਨ ਕਿਉਂਕਿ ਇਸ ਭਾਰਤ ਜੋੜੋ ਯਾਤਰਾ ਦੇ ਵਿੱਚ ਕਿਹਾ ਜਾ ਰਿਹਾ ਕਿ ਬੇਰੋਜ਼ਗਾਰੀ ਦੇ ਖਿਲਾਫ ਔਰ ਨੌਜਵਾਨ ਪੀੜੀ ਨੂੰ ਖੜਾ ਖੜਾ ਜਿਹੜਾ ਖੜਾ ਕਰਨ ਦੇ ਲਈ ਜਿਹੜੀ ਹੈ ਇਹ ਭਾਰਤ ਜੋੜੋ ਯਾਤਰਾ ਕੱਢੀ ਜਾ ਰਹੀ ਹੈ ਸਮੇਂ ਮੇਰੇ ਨਾਲ ਕਾਂਗਰਸ ਦੇ ਪ੍ਰਧਾਨ ਰਾਜਵੜਿੰਗ ਮੌਜੂਦ ਨੇ ਵਰਿੰਗ ਸਾਹਿਬ ਪਾਰਤ ਜੁੜੋ ਯਾਤਰਾ ਦਾ ਮਕਸਦ ਤੇ ਪਾਰਤ ਜੁੜੂ ਨੂੰ ਲੈ ਕੇ ਤਿਆਰੀਆਂ ਕਿਸ ਤਰੀਕੇ ਦੀ ਚੱਲ ਰਹੀਆਂ ਨੇ ਔਰ ਕੀ ਕੁਝ ਮੀਟਿੰਗਾਂ ਦਾ ਦੌਰ ਹੈ ਸੋ ਜਿੱਥੋਂ ਤੱਕ ਭਾਰਤ ਭਾਰਤ ਜੋੜੋ ਯਾਤਰਾ ਦਾ ਮਕਸਦ ਹੈਗਾ ਉਹ ਕਲੀਅਰ ਕਟ ਹੈਗਾ ਕਿ ਰਾਹੁਲ ਗਾਂਧੀ ਇਹ ਪਹਿਲੀ ਗੱਲ ਤਾਂ ਕਾਂਗਰਸ ਦੀ ਯਾਤਰਾ ਨਹੀਂ ਇਹ ਸਮੁੱਚੇ ਦੇਸ਼ ਵਾਸੀਆਂ ਦੀ ਯਾਤਰਾ ਹੈ ਔਰ ਪਹਿਲੇ ਦਿਨ ਅਸੀਂ ਪੂਰੇ ਦੇਸ਼ ਵਾਸੀਆਂ ਨੂੰ ਸਭ ਧਰਮਾਂ ਦੇ ਲੋਕਾਂ ਨੂੰ ਸਭ ਪਾਰਟੀਆਂ ਦੇ ਲੋਕਾਂ ਨੂੰ ਇਹਦੇ ਵਿੱਚ ਸੱਦਾ ਦਿੱਤਾ ਹੈ ਇਹਦਾ ਯਾਤਰਾ ਕਰਨ ਦਾ ਕਾਰਨ ਕੀ ਸੀਗਾ ਉਹ ਇਹ ਚੀਜ਼ ਹੈ ਕਿ ਜਿਸ ਪ੍ਰਕਾਰ ਦੇ ਦੇਸ਼ ਦੇ ਅੰਦਰ ਹਾਲਾਤ ਨੇ ਸਥਿਤੀਆਂ ਬੜੀਆਂ ਹੋਈਆਂ ਹੋਈਆਂ ਹਨ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ ਲੜਾਇਆ ਜਾ ਰਿਹਾ ਹੈ ਸੰਵਿਧਾਨ ਦੀਆਂ ਜੋ ਬਾਬਾ ਸਾਹਿਬ ਅੰਬੇਦਕਰ ਨੇ ਬੜੀ ਜਦੋ ਜਹਿਦ ਤੋਂ ਬਾਅਦ ਉਹਨਾਂ ਸਾਡੇ ਲੋਕਾਂ ਨੇ ਬਣਾਇਆ ਉਹਨੂੰ ਤੋੜਿਆ ਤੇ ਮਰੋੜਿਆ ਜਾ ਰਿਹਾ ਹੈ ਆਪਦੇ ਰਾਜਨੀਤਿਕ ਫਾਇਦੇ ਆਸਤੇ ਆਪਦੇ ਨਿੱਜੀ ਫਾਇਦੇ ਆਸਤੇ। ਔਰ ਦੇਸ਼ ਦੇ ਅੰਦਰ ਵੱਧਦੀ ਬੇਰੋਜ਼ਗਾਰੀ ਬਹੁਤ ਵੱਡਾ ਇੱਕ ਚੈਲੰਜ ਆਉਣ ਵਾਲੇ ਸਮੇਂ ਦੇ ਵਿੱਚ। ਇਸੇ ਤਰ੍ਹਾਂ ਅਗਰ ਬੇਰੋਜ਼ਗਾਰੀ ਵੱਧਦੀ ਰਹੀ ਤਾਂ ਇਸ ਦੇਸ਼ ਦੇ ਹਾਲਾਤ ਕੁਝ ਹੋਰ ਹੋ ਜਾਣਗੇ। ਮੈਂ ਉਹ ਟਿੱਪਣੀ ਨਹੀਂ ਕਰਨਾ ਚਾਹੁੰਦਾ ਲੇਕਿਨ ਉਹ ਹੀ ਆਪਦੇ ਅੰਦਰ ਕਲਪਨਾ ਕਰ ਸਕਦਾ ਹੈ ਕਿ ਅਗਰ ਬੇਰੋਜ਼ਗਾਰੀ ਇਸੇ ਤਰ੍ਹਾਂ ਚਰਨ ਸੀਮਾ ਤੇ ਰਹੀ ਤਾਂ ਕੀ ਹਾਲਾਤ ਹੋਣਗੇ? ਇੱਕ ਸੰਵਿਧਾਨ ਨਾਲ ਛੇੜਛਾੜ ਦੂਜੀ ਬੇਰੋਜ਼ਗਾਰੀ ਤੇ ਤੀਜੀ ਮਹਿੰਗਾਈ ਮੈਂ ਸਮਝਦਾ ਕਿ ਜੀਨੇ ਲੱਕ ਤੋੜਤਾ ਆਮ ਜਨਤਾ ਦਾ ਅੱਜ ਲੋਕ ਬੜੀ ਮੁਸ਼ਕਿਲ ਨਾਲ ਆਦਾ ਗੁਜ਼ਾਰਾ ਕਰ ਪਾਉਂਦੇ ਤੇ ਇਸੇ ਪ੍ਰਕਾਰ ਦੀਆਂ ਹੋਰ ਦਿੱਕਤਾਂ ਜਿਹੜੀਆਂ ਕਿ ਰਾਜਨੀਤਿਕ ਲਾਹੇ ਵਾਸਤੇ ਇਸ ਦੇਸ਼ ਦੇ ਲੋਕਾਂ ਨੂੰ ਉੱਚੀ ਆਵਾਜ਼ ਬੋਲਣ ਵਾਲਿਆਂ ਨੂੰ ਜਾ ਜਿਹੜੇ ਕਿਸੇ ਕਿਸੇ ਦੀ ਗੱਲ ਕਰਦੇ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਕੰਮ इवन ਜੁਡੀਸ਼ਰੀ ਵੀ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇਸ ਗੱਲ ਦਾ ਕਿਸੇ ਉਹਨਾਂ ਦੇ ਮਨ ਦੇ ਵਿੱਚ ਵੀ ਕਿਸ ਪ੍ਰਕਾਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੋ ਇਸ ਕਰਕੇ ਨਾ तमाम ਮੁੱਦਿਆਂ ਤੇ ਗਾਂਧੀ ਪਰਿਵਾਰ ਰਾਹੁਲ ਗਾਂਧੀ ਜੀ ਨੇ ਫੈਸਲਾ ਕੀਤਾ ਕਿ ਮੈਂ ਭਾਰਤ ਜੋੜੋ ਯਾਤਰਾ ਸ਼ੁਰੂ ਕਰਾਂਗਾ राष्ट्रपिता महात्मा गांधी ने भारत छोड़ो यात्रा शुरू की थी, थी याद होना है थانوں अंग्रेजो भारत छोड़ो लेकिन राहुल गांधी क्योंकि आज ਦੇ ਸਮੇਂ ਦੀ ਉਦੋਂ ਸਮੇਂ ਦੀ ਜ਼ਰੂਰਤ ਸੀ ਅੰਗਰੇਜ਼ਾਂ ਨੂੰ ਬਾਹਰ ਕਰਨ ਦੀ ਅੱਜ ਦੇ ਸਮੇਂ ਦੀ ਜ਼ਰੂਰਤ ਹੈ ਕਿ ਭਾਰਤ ਜੋੜੋ ਕਿ ਜਿੰਨਾ ਅਸੀਂ ਆਪਣੇ ਦੇਸ਼ ਨੂੰ ਜੋੜ ਕੇ ਰੱਖਾਂਗੇ ਉਹਨਾਂ ਮੈਨੂੰ ਲੱਗਦਾ ਕਿ ਦੇਸ਼ ਮਜ਼ਬੂਤ ਹੋਏਗਾ ਜਿਤੋਂ ਤੱਕ ਤਿਆਰੀਆਂ ਦੀ ਗੱਲ ਹੈ ਮੈਨੂੰ ਲੱਗਦਾ ਮਗਰਲੇ 3 ਮਹੀਨਿਆਂ ਤੋਂ ਅਸੀਂ ਤਿਆਰੀਆਂ ਤੋਂ ਜੁੜੇ ਹੋਏ ਆ ਸਾਡੀ ਕਮੇਟੀਆਂ ਸਬ ਕਮੇਟੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਬਹੁਤ ਵਿਚਾਰੇ ਨੌਜਵਾਨ ਸਾਥੀਆਂ ਨੇ ਬੜਾ ਕੰਮ ਕੀਤਾ ਸਾਡੇ ਲੀਡਰਸ਼ਿਪਰਾਂ ਦੇ ਨੀਚੇ ਵਕ ਵਕਤ ਤਰ੍ਹਾਂ ਦੀਆਂ ਕਮੇਟੀਆਂ ਅਸੀਂ ਬਣਾਈਆਂ 18 ਕਿਸਮ ਦੀਆਂ ਇਹ ਕਮੇਟੀਆਂ ਫੂਡ ਅਕਮੋਡੇਸ਼ਨ ਪ੍ਰੋਟੋਕਾਲ ਐਡਵਰਟਾਈਜ਼ਮੈਂਟ ਮੋਬਿਲਾਈਜੇਸ਼ਨ ਇਹ ਤਮਾਮ ਕਿ ਕਮੇਟੀਆਂ ਇਸ ਤਰ੍ਹਾਂ ਦੀਆਂ ਕਾਫੀ ਹੈਗੀਆਂ ਫਿਰ ਅਸੀਂ ਵਿਧਾਨ ਸਭਾ ਲੈਵਲ ਦੇ ਕੋਆਰਡੀਨੇਟਰਸ ਉਹਨਾਂ ਨੇ ਵਕ-ਵਕ ਮੀਟਿੰਗਸ ਕੀਤੀਆਂ ਹੈ ਯਾਤਰੀਜ਼ ਦੀਆਂ ਸਾਡੇ ਕੋਲ ਲਿਸਟਾਂ ਕਾਫੀ ਯਾਤਰੀ ਸਾਡੇ ਕੋਲ 5000 ਦੇ ਕਰੀਬ ਸਾਡੇ ਕੋਲੇ ਹੁਣ ਯਾਤਰੀ ਦੀ ਲਿਸਟ ਜਿਹੜੀਆਂ ਉਹ ਆ ਚੁੱਕੀਆਂ ਆਲਰੇਡੀ ਜਿਨ੍ਹਾਂ ਨੇ ਪਰਮਨੈਂਟ ਚੱਲਣ ਦੀ ਉਮੀਦ ਹੈ ਸਾਡੇ ਡਿਸਟ੍ਰਿਕਟ ਕੋਆਰਡੀਨੇਟਰਸ ਸਾਡੇ ਸਾਬਕਾ ਮੰਤਰੀ ਮੈਂਬਰ ਆਫ ਪਾਰਲੀਮੈਂਟ ਸੇ ਜਾ ਜਾ ਕੇ ਪ੍ਰੈਸ ਕਾਨਫਰੰਸਿਸ ਤੇ ਡਿਸਟ੍ਰਿਕਟ ਦੇ ਵਿੱਚ ਆਬਜ਼ਰਵਰਸ ਹੈਗੇ ਨੇ ਸੋ ਹਰ ਵਿਅਕਤੀ ਇਹ ਰਿਚੂ ਪਹਿਲਾ ਦਿਨ ਦੂਜਾ ਦਿਨ ਤੀਜਾ ਦਿਨ ਇਹ ਰਿਫਰੈਂਟ ਡਿਫਰੈਂਟ ਡਿਫਰੈਂਟ ਇਨਚਾਰजेस ਨੇ ਸੋ ਮੈਨੂੰ ਲੱਗਦਾ ਕਿ ਯਾਤਰਾ ਜਿਹੜੀ ਸਵੇਰ 6 ਵਜੇ ਚੱਲਿਆ ਕਰੇਗੀ ਤੇ ਸ਼ਾਮੀ 5:30 6 ਵਜੇ ਤੱਕ ਰਿਆ ਕਰੇਗੀ ਜਾਨੀ 25 ਕਿਲੋਮੀਟਰ ਦਾ ਪੜਾਅ ਤੈਅ ਕਰੇਗੀ 11 ਰਾਤ ਨੂੰ ਇਹ ਯਾਤਰਾ ਪੰਜਾਬ ਔਨ ਦੀ ਮਿਲਕਿਤਾ ਹੈ ਸੋ ਇਸ ਤਰ੍ਹਾਂ ਦੀਆਂ ਮੁਕੰਮਲ ਤਿਆਰੀਆਂ ਲੋਕ ਰਾਹੁਲ ਗਾਂਧੀ ਦਾ ਸਵਾਗਤ ਕਰਨਾ ਚਾਹੁੰਦੇ ਨੇ ਸਟਾਰਟਿੰਗ ਪੁਆਇੰਟ ਜਿਹੜਾ ਕਿ ਉਹ ਰਾਹੁਲ ਜਿਨੀਆਂ ਕੁਝ ਭਾਵਨਾਵਾਂ ਜਿਹੜੀਆਂ ਉਹਨਾਂ ਨੇ ਜਰਨਲ ਸਕੱਟਰੀ ਆਲ ਇੰਡੀਆ ਬੀਕੇਸੀ ਵੇਨੂ ਕੋਪਾਲ ਦੇ ਕੋਲੇ ਤੇ ਫਿਰ ਸੀਐਲਪੀ ਤੇ ਪੀਸੀਸੀ ਪ੍ਰਤਾਪਜੀਤ ਬਾਜਵਾ ਕੋਲੇ ਤੇ ਮੈਨੂੰ ਦਸੀਆਂ ਉਹਰੇ ਮੁਤਾਬਕ ਜਿਹੜਾ ਆਉਣ ਵਾਲੀ ਯਾਤਰਾ ਕੀ ਕਿੱਥੋਂ ਸ਼ੁਰੂ ਹੋਣੀ ਹੈ ਤੇ ਕੀ ਸਨੇਹਾ ਰਾਹੁਲ ਗਾਂਧੀ ਜੀ ਦੇ ਕੀ ਦੇਣਾ ਚਾਹੁੰਦੇ ਹੈ ਤੇ ਕੀ ਉਹਨਾਂ ਦੇ ਮਨਚ ਹੈ ਪੰਜਾਬ ਦੇ ਪ੍ਰਤੀ ਉਹ ਹਜੇ ਇੱਕ ਅਦੇ ਦਿਨ ਚ ਤੈਅ ਹੋ ਜਾਏਗਾ ਲਿਕਸਾ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਵਕਫ ਵਕਤ ਤਰੀਕੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਲੇਕਿਨ ਸੁਰੱਖਿਆ ਨੂੰ ਲੈ ਕੇ ਵੀ ਗ੍ਰਹਿ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਕਿ ਰਾਹੁਲ ਗਾਂਧੀ ਦੀ ਸੁਰੱਖਿਆ ਵਧਾਈ ਜਾਵੇ ਖਰਸ਼ਾ ਲੱਗਦਾ ਹੈ ਕਿਥੇ ਕਿ ਪੰਜਾਬ ਦੇ ਵਿੱਚ ਆਉਣਗੇ ਤੇ ਵਿਰੋਧ ਹੋ ਸਕਦਾ ਜਾਂ ਇਸ ਤਰੀਕੇ ਨਾਲ ਕੁਝ ਘਟਨਾ ਵਾਪਰੀ ਜਾ ਸਕਦੀ ਹੈ ਨਹੀਂ ਸੁਰੱਖਿਆ ਪੰਜਾਬ ਦੇ ਵਾਸਤੇ ਮੇਰੇ ਖਲ ਪਾਰਟਿਕੂਲਰ ਜਾਤਾ ਇਹ ਲਿਖਿਆ ਹੋਵੇ ਕਿ ਪੰਜਾਬ ਚ ਸੁਰੱਖਿਆ ਨੂੰ ਖਤਰਾ ਹੈ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਮੇਰੇ ਖਲ ਚਿੱਠੀ ਦੇ ਵਿੱਚ ਲਿਖੀ ਨਹੀਂ ਹੈ ਅਸੀਂ ਤਾਂ ਇਹ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਐਸਪੀਜੀ ਪ੍ਰੋਟੈਕਟਿਵ ਸੀਗੇ ਰਾਹੁਲ ਗਾਂਧੀ ਭਾਜਪਾ ਸਰਕਾਰ ਨੇ एसपीजी ਉਹਨਾਂ ਤੋਂ ਖੋਲੀ ਤੇ ਉਹਨਾਂ ਨੂੰ CRPF ਦਿੱਤੀ ਹੈ ਹਾਲਾਂਕਿ ਅੱਜ ਵੀ Z+ ਹੈਗੀ ਹੈ ਸਭ ਤੋਂ ਮੈਨੂੰ ਲੱਗਦਾ ਹੈ ਸਵੇਦਨਸ਼ੀਲ ਕਿਉਂਕਿ ਇਸ ਪਰਿਵਾਰ ਨੇ ਕਈ ਆਦੇ ਜੀ ਗਵਾਏ ਹੈ ਇਸ ਦੇਸ਼ ਦੇ ਲਈ ਇਸ ਜੱਦੋਜਹਿਦ ਦੇ ਵਿੱਚ ਸੋ ਇਹ ਵੈਸੇ ਹੀ ਕੰਸਰਨ ਹੈ ਉਸ ਪਰਿਵਾਰ ਦੇ ਵਾਸਤੇ ਨਾਟ ਫॉर ਪੰਜਾਬ ਹਰਿਆਣਾ ਚ ਜੇ ਯਾਤਰਾ ਆਉਣੀ ਹੈ ਉੱਤਰ ਪ੍ਰਦੇਸ਼ ਚ ਜੇ ਯਾਤਰਾ ਆਉਣੀ ਹੈ ਸੋ ਗ੍ਰਹਿ ਮੰਤਰੀ ਨੂੰ ਜਿਹੜੀ ਚਿੱਠੀ ਲਿਖੀ ਹੈ ਉਹ ਰਾਇ ਮਕਸਦ ਇਹ ਹੈ ਕਿ ਪੰਜਾਬ 'ਚ ਕੋਈ ਖਤਰਾ ਹੈ ਉਹ ਰਾਇ ਮਕਸਦ ਹੈ ਕਿ ਓਵਰਆਲ ਸਕਿਉਰਿਟੀ ਦੇ ਇੰਤਜ਼ਾਮਤ ਸਰਕਾਰ ਨੂੰ ਮੁਕੰਮਲ ਤੌਰ ਤੇ ਕਸ਼ਮੀਰ ਵੀ ਜਾਣੀ ਹੈ ਰਾਹੁਲ ਗਾਂਧੀ ਤੇ ਕਰਨੇ ਚਾਹੀਦੇ ਕਿ ਏਦੂੰ ਮੇਰਾ ਖਿਆਲ ਜੇ ਕਿਉਂਕਿ ਦੇਸ਼ ਤੋਂ ਬਾਹਰ ਲੀਆਂ ਜਿਹੜੀਆਂ ਤਾਕਤਾਂ ਹੈ ਉਹ ਹਮੇਸ਼ਾ ਇਸ ਪਰਿਵਾਰ ਦੇ ਮਗਰ ਲੱਗੀਆਂ ਰਹੀਆਂ ਕਿ ਜਦ ਤੱਕ ਇਹ ਪਰਿਵਾਰ ਹੈ ਉਹ ਤਦ ਤੱਕ ਅਸੀਂ ਦੇਸ਼ ਦੇ ਉੱਤੇ ਮੁਕੰਮਲ ਕਬਜ਼ਾ ਜਾਂ ਮੁਕੰਮਲ ਆਬਦੀ ਵਿਚਾਰ ਨਹੀਂ ਥੋਪ ਸਕਦੇ ਸੋ ਇਸ ਕਰਕੇ ਉਹ ਚਿੱਠੀ ਲਿਖੀ ਪਰਬੰਧ ਚਿੱਠੀ ਦੇ ਵੀ ਕੀਤੇ ਸੁਰੱਖਿਆ ਦੇ ਵੀ ਕੀਤੇ ਨੇ ਲੇਕਿਨ ਕੋਵਿਡ ਨੂੰ ਲੈ ਕੇ ਸਰਕਾਰ ਸਖਤ ਹੋ ਰਹੀ ਹੈ ਕਹਿੰਦੇ ਕੋਵਿਡ ਨੂੰ ਲੈ ਕੇ ਜਿਹੜਾ ਹਲਕੇ ਦੇ ਵਿੱਚ ਨਾ ਲਿੱਤਾ ਜਾਵੇ ਮਾਸਕ ਲਾਇਆ ਜਾਵੇ ਸੈਨੀਟਾਈਜ਼ਰ ਲਿੱਤਾ ਜਾਵੇ ਸੋਸ਼ਲ ਡਿਸਟੈਂਸ ਦੇ ਵਿੱਚ ਰੱਖਿਆ ਜਾਵੇ ਇਸ ਯਾਤਰਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਣਗੇ ਉਸ ਨੂੰ ਲੈ ਕੇ ਵੀ ਕੋਈ ਪ੍ਰਬੰਧ ਹੈ ਕੋਵਿਡ ਨੂੰ ਲੈ ਕੇ ਨਹੀਂ ਦੇਖੋ ਕੋਵਿਡ ਨਾਟ ਫਾਰ ਯਾਤਰਾ ਹੋਣਾ ਚਾਹੀਦਾ ਹੈ ਕੱਲੀ ਯਾਤਰਾ ਵਾਸਤੇ ਕੋਵਿਡ ਨਹੀਂ ਹੋਣਾ ਚਾਹੀਦੀ ਔਰ ਇਹ ਗਾਈਡਲਾਈਨ ਨਹੀਂ ਹੋਣੀ ਚਾਹੀਦੀ ਅਗਰ ਪੂਰੇ ਦੇਸ਼ ਦੇ ਵਿੱਚ ਕੋਵਿਡ ਦੀਆਂ ਕੋਈ ਗਾਈਡਲਾਈਨਸ ਆਉਣਗੀਆਂ ਜਾਂ ਪੂਰੇ ਦੇਸ਼ ਦੇ ਵਿੱਚ ਉਹ ਗਾਈਡਲਾਈਨ ਫਾਲੋ ਹੋਣੀ ਆ ਚਾਹੇ ਉਹ ਅ ਨਰਿੰਦਰ ਮੋਦੀ ਜੀ ਹੈ ਆ ਭਾਜਪਾ ਸਰਕਾਰ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਅਗਰ ਮੁੱਖ ਮੰਤਰੀ ਜਾਂ ਕਿਸੇ ਪ੍ਰਕਾਰ ਦੀ ਕੋਈ ਗਾਈਡਲਾਈਨ ਜਾਰੀ ਕਰਨਗੇ ਤਾਂ ਵੀਲ ਫਾਲੋ ਦ ਗਾਈਡਲਾਈਨ ਅਸੀਂ ਕੋਈ ਵੱਖਰੇ ਤਾਂ ਨਹੀਂ ਹੈ ਪਰ ਇਹ ਨਹੀਂ ਹੈ ਕਿ ਯਾਤਰਾਵਾਸੀ ਕਲੀਆਂ ਗਾਈਡਲਾਈਨ ਬਣਾਈਆਂ ਜਾਣ ਤੇ ਦੂਜੇ ਪਾਰਟੀਆਂ ਦੇ ਵਾਸਤੇ ਤਾਂ ਦੂਜੇ ਕਾਰਜਕ੍ਰਮ ਵਾਸਤੇ ਗਾਈਡਲਾਈਨ ਨਾ ਹੋਵੇ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਸਪਾਰ ਜੁੜੋ ਯਾਤਰਾ ਚੱਲ ਰਹੀ ਹੈ ਭਾਰਤ ਨੂੰ ਜੋੜਨ ਦੇ ਲਈ ਲੇਕਿਨ ਕਾਂਗਰਸ ਕਿਥੇ ਨੇ ਕਿਥੇ ਸਵਾਲਾਂ ਦੇ ਕੇਰੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਆਰਟੀਆਈ ਪੈਂਦੀ ਇੱਕ ਬਿੱਲ ਸਾਹਮਣੇ ਆਉਂਦਾ ਜਿਸ ਦੇ ਵਿੱਚ 60 ਲੱਖ 80400 ਕੁਛ ਰੁਪਏ ਦਾ ਬਿੱਲ ਹੈ ਖਾਣੇ ਦਾ ਕਹਿੰਦੇ ਇੱਕ 111 ਦਿਨ ਦੇ ਵਿੱਚ ਇਹ ਬਦਲਾਵ ਹੋਇਆ ਸੀ ਚਰਨਜੀਤ ਸਿੰਘ ਚੰਨੀ ਆਉਂਦੇ ਨੇ ਤੇ 60 ਲੱਖ ਰੁਪਏ ਦਾ ਖਾਣਾ ਖਾਦੇ ਨੇ ਦੇਖੋ ਚੀਫ ਮਿਨਿਸਟਰ ਬਥੇਰਾ ਕੋਸ਼ਿਸ਼ ਚੀਫ ਮਿਨਿਸਟਰ ਸਾਹਿਬ ਦੇ ਦੇਖਣਾ ਹੁੰਦਾ ਹੈ ਇਹ ਛੋਟੀਆਂ ਗੱਲਾਂ 'ਚ ਪਤਾ ਨਹੀਂ ਆਮ ਲੋਕ ਪੈ ਗਏ ਆਮ ਲੋਕ ਕਹਿ ਰਿਹਾ ਕੀ ਆ ਹ ਰਾਜਨੀਤਿਕ ਲੋਕ ਪੈ ਗਏ ਇੱਕ ਦੂਜੇ ਦਾ ਦਿਖਾਵਾ ਫਲਾਣ ਨੇ ਕੀ ਪਾਇਆ ਫਲਾਣ ਨੇ ਪਹਿਨਿਆ ਕੀ ਐ ਫਲਾਣ ਕੀ ਪਾਉਂਦਾ ਫਲਾਣ ਕੀ ਖਾਂਦਾ ਸੋ ਮੈਨੂੰ ਲੱਗਦਾ ਇਹਨਾਂ ਛੋਟੀਆਂ ਗੱਲਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਇਹ ਚੀਫ ਮਿਨਿਸਟਰ ਨੂੰ ਪਤਾ ਵੀ ਨਹੀਂ ਹੁੰਦਾ ਇਹ ਪ੍ਰੋਟੋਕਾਲਸ ਹੁੰਦੇ ਨੇ ਹੁਣ ਕੋਈ ਮਿਨਿਸਟਰ ਆ ਹੁਣ ਪ੍ਰਾਈਮ ਮਿਨਿਸਟਰ ਆਉਂਦਾ ਤੁਸੀਂ ਆਰਟੀਆਈ ਪਾ ਦਿਓ ਉਹ ਚੀਫ ਮਿਨਿਸਟਰ ਭਗਵੰਤ ਮਾਨ ਜੀ ਕਿਤੇ ਜਾਣ ਜਾਂ ਨਹੀਂ ਜਾਣ ਇਹ ਸਾਰਾ ਜਿਹੜਾ ਪ੍ਰੋਟੋਕਾਲ ਸਿਸਟਮ ਹੁੰਦਾ ਚੀਫ ਮਿਨਿਸਟਰ ਨੇ ਕੀ ਖਾਣਾ ਹੈ ਕੀ ਨਹੀਂ ਖਾਣਾ ਕੀ ਕਿੱਥੇ ਜਾਣਾ ਹੈ ਕਿੱਥੇ ਨਹੀਂ ਚੋਣਾ ਕਿਹੜੀਆਂ ਉਹ ਗੱਡੀਆਂ ਹੋਣੀਆਂ ਚਾਹੀਦੀਆਂ ਤਾਂ ਹੁਣ ਜਿਹੜੀਆਂ ਲੈਂਡ ਕਰੂਜ਼ੇਸ ਹੈਗੀਆਂ ਚੀਫ ਮਿਨਿਸਟਰ ਕੋਲੇ ਉਹ ਨੋਵਾ ਤੇ ਵੀ ਜਾ ਸਕਦਾ ਹੈ ਚੀਫ ਮਿਨਿਸਟਰ ਤੇ ਮੇਰੇ ਖਿਆਲ ਨਾਲ ਤਾਂ ਨੋਵਾ ਨਾਲ ਤਾਂ ਹੋਂਡਾ ਸਿਟੀ ਤੇ ਵੀ ਜਾ ਸਕਦਾ ਚੜ ਕੇ ਜਾਣਾ ਹੀ ਹੈ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਈ ਡੋਟ ਨੋ ਕਿਉਂ ਸਰਕਾਰਾਂ ਪੈ ਗਈਆਂ ਇਹ ਇਹ ਛੋਟਾ ਪੜ ਹੈ ਇਹਨਾਂ ਨਾਲ ਪੈਸਾ ਨਹੀਂ ਬਚਾਇਆ ਜਾ ਸਕਦਾ ਪੈਸਾ ਕੋਈ ਕੋਈ ਐਸੀ ਸਕੀਮ ਕਢੋ ਕਿ ਤੁਹਾਡੇ ਇੱਥੇ ਇੰਡਸਟਰੀ ਆਵੇ ਕੋਈ ਐਸਾ ਸਿਸਟਮ ਪੈਦਾ ਕਰੋ ਕਿ ਰੋਜ਼ਗਾਰ ਦੇ ਸਾਧਨ ਪੈਦਾ ਕਰੀਏ ਤਾਂ ਜੋ ਪੰਜਾਬ ਰੈਵਨਿਊ ਸਰਪਲਸ ਸਟੇਟ ਹੋ ਜਾਏ ਇਹੋ ਜੇ ਖਰਚੇ ਤੁਸੀਂ ਹੁਣ ਜਿਹੜੀ ਰੈਲੀ ਕਰਦੇ ਹੋ ਉਹਦੇ ਤੇ ਪੈਸਾ ਲਹੋਣੇ ਹੈਲੀਕਾਪਟਰ ਦੇ ਤੇਲ ਦਾ ਹੁਣ ਖੜਾ ਰਹੂਗਾ ਹੈਲੀਕਾਪਟਰ ਜਿੱਦ ਦੇ ਹੈਲੀਕਾਪਟਰ ਚੱਲਿਆ ਨਹੀਂ ਪੰਜਾਬ ਸਰਕਾਰ ਦਾ ਫਿਰ ਵੀ 5 ਲੱਖ ਪੈ ਜਾਏਗਾ ਖੜੇ ਦਾ ਕਈ ਵਾਰੀ 5 ਦਿਨ ਚੱਲਦਾ ਹੀ ਨਹੀਂ ਹੈਲੀਕਾਪਟਰ ਤੁਸੀਂ ਹੁਣ ਜਾਜ ਖਰੀਦ ਰਹੇ ਹੋ ਜਿਹੜਾ ਕਹਿ ਰਹੇ ਹੋ ਕਿ ਅਸੀਂ ਕਿਰਾਏ ਤੇ ਉਹਦਾ ਟੈਂਡਰ ਕੱਢਿਆ ਸੋ ਇਹੋ ਜੀਆਂ ਗੱਲਾਂ ਫਾਲਤੂ ਬਾਜੀ ਮੈਂ ਇਹ ਰੇਤੇ ਕੋਈ ਟੱਪਾ ਟਪੜੀ ਨਹੀਂ ਕਰਨਾ ਚਾਹੁੰਦਾ ਇਹ ਪਹਿਲੀਆਂ ਸਰਕਾਰਾਂ ਚ ਵੀ ਹੁੰਦਾ ਰਿਹਾ ਕਿਉਂਕਿ ਪ੍ਰੋਟੋਕਾਲ ਫਾਲ ਫੋਲੋ ਕਰ ਰਹੇ ਹਨ ਉਹਨਾਂ ਦੇ ਆਫੀਸਰ ਸਬਾਦਾਂ ਦੇ ਤੇ ਸੇਮ ਵੇ ਜਿਹੜੀਆਂ ਸਰਕਾਰਾਂ ਦੇ ਵੀ ਪ੍ਰੋਟੋਕਾਲ ਫਾਈਨਲ ਫੋਲੋ ਹੋ ਰਹੇ ਤੇ ਪਹਿਲਾਂ ਵੀ ਚਾਹੇ ਉਹ ਕਿਸੇ ਦੀ ਸਰਕਾਰ ਰਹੀ ਹੋਵੇ ਔਰ ਛੋਟ